ਮੈਂ ਸਭ ਜਾਣਦੀ ਹਾਂ, ਸੋਨੂੰ ਤਾਂ ਦੇਵਰਾ ਨੂੰ ਮੌਕਾ ਚਾਹੀਦਾ ਭਰਜਾਈਆਂ ਨੱਖ ਮਟਿੱਕੇ ਕਰਨ ਦਾ, ਨਾਲੇ ਤੂੰ ਕਿਵੇਂ ਇਹਦੇ ਨਾਲ ਹਿੜ ਹਿੜ ਦੰਦ ਕੱਢਦੀ ਸੀ, ਸ਼ਰਮ ਨਹੀਂ ਆਉਂਦੀ ਤੈਨੂੰ? ਤਾਈ ਇਹ ਅੱਖ ਮਟੱਕੇ ਵਾਲੀ ਕਿਹੜੀ ਗੱਲ ਆ, ਮਾੜੇ ਮਾੜੇ ਸ਼ਰਮ ਕਰ ਲਿਆ ਕਰ ਕਹਿਣ ਲੱਗੀ। ਨਾ ਤੁਸੀਂ ਵੀ ਸੋਚ ਲਿਆ ਕਰੋ, ਮੂੰਹ ਚੱਕਦੇ ਆਉਂਦੇ ਦੇ ਘਰੇ ਆ ਵੜਦੇ ਹੋ, ਨਹੀਂ ਨਾਲੇ ਤੂੰ ਕਹੀ ਨਹੀਂ ਜੀ ਸਕਦੀ, ਇਹਨੂੰ ਵੀ ਕੋਈ ਘਰੇ ਨਹੀਂ ਹੈਗਾ, ਚਬੂਤਰੇ ਤੇ ਚੜਾ ਕੇ ਖੜ ਗਈ ਇਹਨੂੰ। ਚੱਲ ਠੀਕ ਆ ਤਾਈ, ਮਾੜਾ ਮੋਟਾ ਸੋਚ ਸਮਝ ਕੇ ਬੋਲਿਆ ਕਰੋ। ਨਾ ਤੂੰ ਨੀ ਉਹਨੂੰ ਐ ਨੀ ਸੀ ਕਹਿ ਸਕਦੀ ਕੋਈ ਘਰੇ ਨੀ ਹੈਗਾ, ਉਹਨੂੰ ਚਬੂਤਰੇ ਤੇ ਚੜਾ ਕੇ ਖੜ ਗਈ। ਮੰਮੀ ਜੀ ਮੈਂ ਉਹਨੂੰ ਐ ਕਿਹਾ ਸੀਗਾ ਵੀ ਘਰ ਨੀ ਹੈਗਾ ਕੋਈ, ਪਰ ਤੁਸੀਂ ਤੁਸੀਂ ਤਾਂ ਮਾੜਾ ਮੋਟਾ ਸੋਚ ਸਮਝ ਕੇ ਬੋਲ ਪਿਆ ਕਰੋ ਨਾ, ਜੋ ਮਨ ਚ ਆਉਂਦਾ ਬੋਲੀ ਜਾਂਦੇ ਹੋਗੇ, ਨਾਲੇ ਅਗਲਾ ਕੀ ਸੋਚੂਗਾ ਵੀ ਇਹਨਾਂ ਦੀ ਬਹੂ ਹੀ ਤੁਰੀ ਫਿਰਦੀ ਆ, ਇਹਦਾ ਕਰੈਕਟਰ ਖਰਾਬ ਆ। ਆਹੋ ਹੱਲਾ ਤੇਰਾ ਕਰੈਕਟਰ ਖਰਾਬ ਆ, ਮਾੜੀ ਆ ਤੂੰ, ਹੈ ਨਹੀਂ ਕਿਸੇ ਕੰਮ ਦੀ, 2 ਮਿੰਟ ਘਰੋਂ ਬਾਹਰ ਗਈਆਂ ਘਰੇ ਮੁੰਡੇ ਬਾੜ ਲੈ ਤੂੰ। ਬਸ ਕਰੋ ਮੰਮੀ ਜੀ ਬਹੁਤ ਹੋ ਗਿਆ, ਹੁਣ ਤਾਂ ਹੱਦੇ ਪਾਰ ਕਰਤੀ, ਘੱਟੋ ਘੱਟ ਸਾਡੇ ਕਰੈਕਟਰ ਤੇ ਤਾਂ ਨਾ ਉਂਗਲ ਚੱਕੋ, ਉਹਨੂੰ ਤਾਂ ਸਾਫ਼ ਰਹਿਣ ਦਿਓ, ਆ ਤੁਹਾਡੇ ਕੀ ਮੈਂ ਹੱਥ ਜੋੜਦੀ ਆ। ਗੱਲ ਸੁਣ ਲੈ ਮੇਰੀ, ਵੱਡੇ ਆ ਕਰੈਕਟਰ ਵਾਲੀ, ਅੱਜ ਤਾਂ ਉਹ ਘਰੇ ਵੜ ਲਿਆ, ਜੇ ਅੱਜ ਤੋਂ ਬਾਅਦ ਅਗਰ ਨਾ ਜਾਨਾ ਮਾਰ ਦੂੰ ਤੈਨੂੰ ਮੈਂ। ਕਿਹਾ ਮੰਮੀ ਜੀ ਮੈਂ ਕਿ ਉਹਨੂੰ ਨਿਆਉਂਦਾ ਦੇ ਕੇ ਬੁਲਾਇਆ ਸੀਗਾ। ਆ ਜਾਂਦੇ ਨੇ ਉਹਨੂੰ ਰਾਨ ਦੇ ਗੁਲਾਮ ਨੂੰ, ਤੇਰੀ ਤਾਂ ਕਟਾਉਂਦੀ ਆ ਖੁੱਚਾ ਅੱਜ ਮੈਂ। ਕੋਈ ਗੱਲ ਨਹੀਂ, ਤੁਸੀਂ ਘਰ ਖਰਾਬ ਕਰਨਾ ਨਾ ਇੱਕ ਨਾ ਇੱਕ ਦਿਨ, ਤੁਸੀਂ ਘਰ ਹੀ ਖਰਾਬ ਕਰ ਦਿਓ ਫਿਰ। ਕਿੱਥੇ ਮਸਤੀਆਂ ਨੇ, ਅਰੇ ਮੈਨੂੰ ਮੱਤਾਂ ਦਿੰਦੀ ਆ ਉੱਤੋਂ। ਮੈਂ ਲਾਉਂਦੀ ਹਾਂ ਆਪਣੇ ਭਾਈ ਨੂੰ ਫੋਨ, ਬਹੁਤ ਹੋ ਗਿਆ, ਕਿੰਨਾ ਕੁ ਟਾਈਮ ਬਰਦਾਸ਼ਤ ਕਰੀ ਜਾਵਾਂ। ਹੈਲੋ, ਹਾਂ ਵੀਰੇ ਕਿੱਥੇ ਆ ਵੀਰੇ, ਹੋਣਾ ਕੀ ਸੀ, ਤੁਹਾਨੂੰ ਪਤਾ ਮੇਰੀ ਸੱਸ ਨੇ ਅੱਜ ਮੇਰੇ ਥੱਪੜ ਮਾਰਿਆ ਵੀਰੇ, ਮੈਂ ਨਹੀਂ ਹੋਰ ਇੱਥੇ ਰਹਿ ਸਕਦੀ, ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਕਰ, ਬਸ ਮੇਰੇ ਕੋਲ ਆ ਕੇ ਜਾ ਤੂੰ। ਹਾਂ ਬਸ ਹੁਣ ਹੀ ਆ ਜਾ, ਠੀਕ ਹੈ ਵੀਰੇ। ਨਾ ਮਾਸੜ ਜੀ, ਊਂ ਤਾਂ ਤੁਸੀਂ ਆਪਦੇ ਆਪ ਨੂੰ ਪਿੰਡ ਦਾ ਮੌਜੂਦਾ ਬੰਦਾ ਸਮਝਦੇ ਹੋ, ਪਰ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਹੈਗੀ ਸੀ। ਪੁੱਤ ਕੋਈ ਤਾਂ ਗੱਲ ਹੋਊਗੀ, ਇਹੋ ਜਿਹੀ ਕੀ ਗਲਤੀ ਕਰਤੀ ਅਸੀਂ ਨੇ? ਉਹ ਮਾਸੜ ਜੀ ਮੇਰੇ ਤੋਂ ਕੋਈ ਪੁੱਛਦੇ ਹੋ, ਆ ਮਾਸੀ ਨੂੰ ਪੁੱਛੋ। ਨਾ ਭਾਈ ਮੈਂ ਕੀ ਤੁਹਾਡੇ ਤੇ ਬੰਦੂਕ ਚਲਾਤੀ? ਉਹ ਕਸਰ ਵੀ ਕੋਈ ਨਹੀਂ ਛੱਡੀ ਮਾਸੀ, ਹੁਣ ਤੂੰ ਸੱਚੀ ਬਣਦੀ ਆ, ਨਾ ਮੇਰੀ ਭੈਣ ਤੇ ਹੱਥ ਚੱਕਿਆ ਤੈਨੂੰ ਸ਼ਰਮ ਨਹੀਂ ਆਈ? ਜੇ ਤੇਰੀ ਭੈਣ ਇਹ ਜੇ ਕੰਮ ਕਰੂ ਤਾਂ ਥੱਪੜ ਤਾਂ ਖਾਊਗੀ ਉਹ, ਨਾ ਰੋਕਣੀਆਂ ਨਹੀਂ ਮੈਂ। ਮੰਮੀ ਜਿਹੜੇ ਇਲਜ਼ਾਮ ਤੂੰ ਲਾਉਣ ਲੱਗ ਰਹੀ ਹੈ ਨਾ ਇਹ ਗਲਤ ਹੈ, ਅਸੀਂ ਤੁਹਾਡੇ ਘਰ ਦੀ ਇੱਜ਼ਤ ਆ ਤੇ ਤੂੰ ਆਪਦੇ ਘਰ ਦੀ ਇੱਜ਼ਤ ਉਡਾ ਰਹੀ ਆ। ਤੂੰ ਚੁੱਪ ਕਰ ਜਾ, ਜਦ ਵੱਡੇ ਘਰ ਦੀ ਗੱਲ ਕਰਨ ਲੈ ਰਹੇ ਨੇ ਤੇਰਾ ਵਿੱਚ ਭੌਂਕਣਾ ਜ਼ਰੂਰੀ ਆ? ਅੱਛਾ ਵੱਡੇ ਤਾਂ ਇਲਜ਼ਾਮ ਲਾਈ ਜਾਣ ਤੇ ਛੋਟੇ ਚੁੱਪਚਾਪ ਕਰਕੇ ਸਹੀ ਜਾਣ, ਗਲਤ ਨੂੰ ਤਾਂ ਗਲਤ ਹੀ ਕਿਹਾ ਜਾਊਗਾ ਨਾ ਕਿ ਗਲਤ ਦਾ ਸਾਥ ਦਿੱਤਾ ਜਾਊਗਾ। ਉਹ ਤੂੰ ਚੁੱਪ ਕਰ ਜਾ, ਬਾਹਲਾ ਨਾ ਬੋਲ। ਨਾ ਨਾ ਭਾਈ ਬੋਲਣ ਦੇ ਇਹਨਾਂ ਨੂੰ, ਖੁੱਲ੍ਹ ਹੋਈ ਪਈ ਇਹਨਾਂ ਨੂੰ ਤਾਂ, ਹੁਣ ਲਗਾੜਿਆਂ ਨਾਲ ਹੱਸ ਹੱਸ ਗੱਲਾਂ ਕਰਨ ਦੀ ਖੁੱਲ੍ਹ ਦੇ ਦਿਓ ਬਸ, ਫਿਰ ਖੁਸ਼ ਨੇ। ਮਾਸੀ ਜੀ ਕੀ ਬੋਲ ਰਹੀ ਆ ਤੂੰ, ਮਾੜੀ ਮੋਟੀ ਸ਼ਰਮ ਮੰਨ, ਤੇਰੇ ਘਰ ਦੀ ਇੱਜ਼ਤ ਨੇ ਇਹ। ਉਹ ਬਾਈ ਜੇ ਸਾਨੂੰ ਸਾਡੇ ਘਰ ਦੀ ਇੱਜ਼ਤ ਦੀ ਪਰਵਾਹ ਨਾ, ਅਸੀਂ ਤਾਂ ਹੀ ਚੁੱਪਾਂ, ਕਿਸੇ ਨੂੰ ਤਾਂ ਸਾਡੇ ਘਰ ਦੀ ਇੱਜ਼ਤ ਦੀ ਪਰਵਾਹ ਹੀ ਨਹੀਂ। ਆ ਕਿਹੋ ਜਿਹੇ ਸੰਸ ਕਰ ਦਿੱਤੇ ਨੇ ਤੁਸੀਂ ਇਹਨਾਂ ਨੂੰ? ਕੀ ਕਰਤਾ ਇਹੋ ਜਿਹਾ, ਮੈਂ ਕੱਲਾ ਚਾਹ ਪਾਣੀ ਪੁੱਛਿਆ ਸੀ, ਬਲਕਿ ਉਹਨਾਂ ਨੂੰ ਮੈਂ ਇਹ ਕਿਹਾ ਸੀ ਕਿ ਸਾਡੇ ਘਰ ਨਹੀਂ ਹੈਗਾ ਕੋਈ, ਵੀਰੇ ਜੇ ਚਾਹ ਪਾਣੀ ਪੁੱਛ ਲਿਆ ਮੈਂ ਕੀ ਕੁਛ ਗਲਤ ਕਰਤਾ? ਉਹਨੂੰ ਅੰਦਰ ਹੀ ਲੈ ਜਾਂਦੀ, ਕੱਲੇ ਚਾਹ ਪਾਣੀ ਨਾਲ ਕੀ ਬਣਦਾ ਸੀ? ਐਡੇ ਐਡੇ ਦੰਦ ਫਾੜ ਫਾੜ ਹੱਸ ਰਹੀ ਸੀ ਉਹਦੇ ਨਾਲ। ਓਏ ਤੂੰ ਚੁੱਪ ਕਰ ਜਾਇਆ ਕਰ, ਓਏ ਚੁੱਪ ਕਰ ਜਾਇਆ ਕਰ, ਓ ਗੁਰੀ ਪੁੱਤ ਠੰਡੇ ਦਿਮਾਗ ਨਾਲ ਗੱਲ ਸੋਚਿਆ ਕਰੋ, ਜਲਦਬਾਜ਼ੀ 'ਚ ਫੈਸਲੇ ਨਾ ਲਿਆ ਕਰੋ ਜਿਹੜੀ ਗੱਲ ਦਾ ਪਤਾ ਨਾ ਹੋਵੇ। ਬਾਪੂ ਮੈਂ ਤਾਂ ਠੰਡੇ ਤਰੀਕੇ ਨਾਲ ਹੀ ਗੱਲ ਕਰ ਰਿਹਾ, ਨਾਲੇ ਮੈਂ ਤਾਂ ਫੈਸਲਾ ਵੀ ਲੈ ਲਿਆ, ਇਹਨਾਂ ਦੇ ਲੱਛਣਾਂ ਦਾ ਵੀ ਪਤਾ ਮੈਨੂੰ।
ਨਾ ਬਾਪੂ, ਇਹ ਤਾਂ ਆਪਣਾ ਵਹਿਮ ਹੈ। ਇੱਕ ਦਿਨ ਆਪਣਾ ਇਹੋ ਜਿਹਾ ਨਾਂ ਰੋਸ਼ਨ ਕਰਨਗੇ ਨਾ, ਨਾ ਆਪਾਂ ਮਰਨ ਜੋਗੇ ਨਾ ਜਾਣ ਜੋਗੇ। ਗੁਰੀ, ਸੋਚ ਸਮਝ ਕੇ ਬੋਲਿਆ ਕਰ, ਐਵੇਂ ਕੋਈ ਕਿਸੇ ਤੇ ਤੋਮਤ ਲਾਈ ਜਾਂਦਾ। ਨਾਲੇ ਜੇ ਕੋਈ ਘਰ ਚ ਆਉਂਦਾ ਨਾ ਤਾਂ ਉਹਦੇ ਨਾਲ ਬੋਲਿਆ ਵੀ ਜਾਂਦਾ, ਨਾ ਇਹ ਬੋਲਣ ਨਾਲ ਨਾ ਕੋਈ ਸਾਡਾ ਖਸਮ ਜਾਂ ਯਾਰ ਨਹੀਂ ਬਣ ਜਾਂਦਾ। ਨਾਲੇ ਜੇ ਕਿਸੇ ਕੰਨੀ ਇੱਕ ਉਂਗਲ ਚੱਕੋਗੇ ਨਾ ਤਾਂ ਬਾਕੀ ਦੀਆਂ ਉਂਗਲਾਂ ਤੁਹਾਡੇ ਕੰਨੀ ਆਉਣਗੀਆਂ। ਰਹੀ ਗੱਲ ਸੰਸਕਾਰਾਂ ਦੀ, ਵੀ ਸਾਡੇ ਮਾਂ ਬਾਪ ਨੇ ਕਿਹੋ ਜਿਹੇ ਸੰਸਕਾਰ ਦਿੱਤੇ ਆ ਉਹ ਸਾਨੂੰ ਪਤਾ, ਤੇ ਤੁਹਾਡੇ ਸੰਸਕਾਰਾਂ ਦਾ ਵੀ ਸਾਨੂੰ ਪਤਾ ਲੱਗ ਗਿਆ। ਪੂਰਾ ਇੱਕ ਮਹੀਨਾ ਹੋ ਗਿਆ ਮੈਨੂੰ ਤੜਫਦੀ ਨੂੰ, ਮੰਜੇ ਤੇ ਪਈ ਆ, ਦਵਾਈ ਆ ਕਦੇ ਦਵਾਈ ਬੂਟੀ, ਅਸੀਂ ਵੀ ਤਾਂ ਬਰਦਾਸ਼ਤ ਕਰਦੀਆਂ ਨਾ ਗੱਲਾਂ ਕਰਦੇ ਹੈਗੇ। ਉਹ ਚੁੱਪ ਕਰ ਜਾ ਤੂੰ, ਕਿਧਰੇ ਨੀ ਤੇਰੇ ਗੋਲਾ ਵੱਜਾ, ਚਬਰ ਚਬਰ ਤਾਂ ਤੂੰ ਬੋਲਣ ਲੈ ਰਹੀ ਆ, ਇੱਥੇ ਗੱਲ ਕੀ ਚੱਲ ਰਹੀ ਆ, ਤੂੰ ਆਪਦੀ ਰਮਾਇਣ ਲੈ ਕੇ ਬਹਿ ਗਈ। ਓਏ ਠੀਕ ਤਾਂ ਕਹਿ ਰਹੀ ਆ ਇਹ, ਜਦੋਂ ਕਿਸੇ ਦੀ ਇੱਜ਼ਤ ਦੀ ਗੱਲ ਆਉਂਦੀ ਹੈ ਨਾ ਤਾਂ ਦਰਦ ਸਭ ਨੂੰ ਹੁੰਦਾ, ਇਹੀ ਦਰਦ ਆ ਮੈਨੂੰ ਹੈ ਜਦੋਂ ਤੂੰ ਇਹਦੀ ਭੈਣ ਕੁੱਟੀ ਹੈ। ਉਹ ਬਚੋਲਾ ਸਾਹਿਬ ਚੁੱਪ ਕਰਕੇ ਬਹਿ ਜਾਓ, ਮੈਂ ਕੋਈ ਗਲਤ ਨਹੀਂ ਕਹਿੰਦੀ ਉਹਨਾਂ ਨੂੰ, ਅੱਜ ਤਾਂ ਉਹ ਦੰਦ ਕੱਢਦੀਆਂ ਨੇਗੀਆਂ ਮੁੰਡਿਆਂ ਨਾਲ, ਕੱਲ ਹੱਥ ਫੜ ਕੇ ਤੁਰਨਗੀਆਂ। ਮੰਮੀ ਬਸ ਚੁੱਪ ਕਰ ਜਾ, ਹੁਣ ਇੱਕ ਹੋਰ ਸ਼ਬਦ ਵੀ ਨਹੀਂ ਮੈਂ ਸੁਣ ਸਕਦੀ ਹੈਗੀ, ਮੈਨੂੰ ਜੋ ਮਰਜ਼ੀ ਬੋਲੀ ਜਾਓ ਮੈਂ ਸਭ ਕੁਝ ਬਰਦਾਸ਼ਤ ਕਰ ਸਕਦੀ ਹਾਂ, ਪਰ ਆਪਣੇ ਚਰਿੱਤਰ ਤੇ ਚੱਕੀ ਹੋਈ ਉਂਗਲ ਮੈਂ ਨਹੀਂ ਬਰਦਾਸ਼ਤ ਕਰ ਸਕਦੀ। ਪਹਿਲਾਂ ਮੈਨੂੰ ਇਹ ਤਾਂ ਦੱਸ ਦਿਓ ਹੁਣ ਤੱਕ ਮੈਂ ਕਿੰਨੇ ਕੁ ਖਸਮ ਕਰ ਲਏ, ਨਾਲੇ ਤੁਸੀਂ ਬਾਰ ਬਾਰ ਮੇਰੇ ਤੇ ਇਲਜ਼ਾਮ ਲਾ ਰਹੇ ਹੋਗੇ, ਮੈਂ ਮੈਨੂੰ ਕਿੱਥੇ ਗਲਤ ਦੇਖ ਲਿਆ ਦੱਸਿਓ ਮੈਨੂੰ, ਲੱਗ ਰਹੇ ਹੋ ਬੋਲਣ ਕਦੋਂ ਦੇ। ਸਾਰਿਆਂ ਨੂੰ ਗਲਤ ਦੇਖਣ ਦੀ ਕੀ ਜ਼ਰੂਰਤ ਆ, ਮਾਂ ਦੱਸ ਤਾਂ ਰਹੀ ਆ। ਇਹ ਵੀ ਤਾਂ ਹੋ ਸਕਦਾ ਕਿ ਮਾਂ ਝੂਠ ਬੋਲਦੀ ਹੋਵੇ। ਅੱਛਾ, ਹੁਣ ਤੂੰ ਮੇਰੀ ਮਾਂ ਨੂੰ ਝੂਠੀ ਬਣਾਏਗੀ। ਆਹੋ ਇਹੀ ਸੱਚੀ ਆ ਕੱਲੀ, ਬਾਕੀ ਤਾਂ ਸਾਰੇ ਝੂਠ ਬੋਲਦੇ ਨੇ। ਉਹ ਭੈਣੇ ਤੂੰ ਚੁੱਪ ਕਰ ਜਾ, ਇਹਨਾਂ ਨੂੰ ਤਾਂ ਸ਼ਰਮ ਹੈ ਨਹੀਂ, ਦੇਖ ਕਿਵੇਂ ਭੌਂਕੀ ਜਾਂਦੇ ਨੇ, ਤੇ ਤੁਸੀਂ ਇੰਨਾ ਮਾਂ ਬਾਪ ਦਾ ਪੱਖ ਨਹੀਂ ਪੂਰੀ ਦਾ ਹੁੰਦਾ, ਇਹ ਕਿੰਨਾ ਕੁ ਚਿਰ ਬੈਠੇ ਰਹਿਣਗੇ, ਆਪਦੇ ਘਰਦਿਆਂ ਤੇ ਵਿਸ਼ਵਾਸ ਰੱਖੀ ਦਾ ਹੁੰਦਾ। ਨਾ ਭਾਈ ਤੇਰੇ ਕਹਿਣ ਦਾ ਮਤਲਬ ਆ ਵੀ ਮੈਂ ਮਰ ਜਾ, ਨਾ ਇਹਨੂੰ ਨੀ ਸ਼ਰਮ ਹੈਗੀ, ਕਿਵੇਂ ਭੌਂਕਣ ਲੱਗ ਰਹੀ ਇਹ। ਉਹ ਸਹੀ ਬੋਲਦੀ ਆ ਅਗਲੀ, ਅਗਲੀ ਦੀ ਕੋਈ ਗਲਤੀ ਨੀ ਹੈਗੀ, ਤੂੰ ਸੋਚ ਕੇ ਦੇਖ ਜੇ ਤੇਰੀ ਭੈਣ ਨੂੰ ਅਗਲਾ ਕੋਈ ਐ ਕਵੇ। ਉਹ ਤੂੰ ਫਾਲਤੂ ਨਾ ਬੋਲ, ਸਮਝਿਆ? ਓਏ ਖੜ ਜਾਓ ਭਾਈ, ਖੜ ਜਾਓ ਮਾੜਾ ਜਿਹਾ, ਮਾੜਾ ਮੋਟਾ ਢੰਗ ਨਾਲ ਗੱਲ ਕਰੋ, ਤੁਹਾਡਾ ਰਿਸ਼ਤੇਦਾਰ ਹੈ ਇਹ। ਰਿਸ਼ਤੇਦਾਰ ਹੈ ਜਿਹੜੀ ਗੱਲ ਕਰਨੀ ਆ ਉਹ ਕਰ ਲਾ, ਆਇਆ ਵੱਡਾ ਰਿਸ਼ਤੇਦਾਰ ਇਹ, ਮੈਨੂੰ ਤਾਂ ਮਾਰਨ ਨੂੰ ਫਿਰਦਾ। ਉਹ ਮਾਸੀ ਮੈਂ ਐ ਥੋੜੀ ਕਿਹਾ, ਮੈਨੂੰ ਲੱਗਦਾ ਤੂੰ ਮਰਵਾਵੇਂਗੀ ਇਹਨਾਂ ਨੂੰ। ਗਲਤੀ ਮੰਨ ਕਿਉਂ ਨਹੀਂ ਰਹਿੰਦੀ, ਥੱਪੜ ਕਿਉਂ ਮਾਰਿਆ ਸੀ ਬਹੂ ਦੇ? ਮੈਂ ਤਾਂ ਐਂ ਮਾਰੂ, ਜਦੋਂ ਲੋਕਾਂ ਨੇ ਮੁੰਡਿਆਂ ਨਾਲ ਗੱਲਾਂ ਕਰਨਗੀਆਂ ਨਾ ਦੰਦ ਕੱਢ ਕੱਢ, ਥੱਪੜ ਤਾਂ ਹੀ ਖਾਣਗੀਆਂ ਫਿਰ। ਉਹ ਫਿਰ ਇਹਦਾ ਮਤਲਬ ਇਹ ਗਲਤ ਹੋ ਗਈਆਂ ਦੋਨੋਂ? ਹਾਂ ਹਾਂ ਹੈਗੀਆਂ ਗਲਤ ਇਹ। ਅਸਲ 'ਚ ਬਾਪੂ ਜੀ ਗੱਲ ਪਤਾ ਕੀ ਹੈ, ਮਾਂ ਨਾ ਘਰ 'ਚ ਚੌਧਰ ਚਲਾਉਣਾ ਚਾਹੁੰਦੀ ਆ, ਨਾ ਜੇ ਕੋਈ ਘਰ 'ਚ ਰਿਸ਼ਤੇਦਾਰ ਆਜੂ, ਚਾਹ ਪਾਣੀ ਤਾਂ ਉਹਨੂੰ ਪੁੱਛੇ ਜਾਂਦਾ ਨਾ, ਉਹਦੇ ਕਲੇਸ਼ ਪਾ ਕੇ ਬਹਿ ਜਾਂਦੀ ਆ, ਨਾ ਜੇ ਅਸੀਂ ਇੰਨੀਆਂ ਮਾੜੀਆਂ ਭੈੜੀਆਂ ਲੱਗਦੀਆਂ ਤਾਂ ਘਰੋਂ ਕਰ ਦਿਓ ਨਾ ਸਾਨੂੰ, ਆਪਦਾ ਘਰ ਵਸਾ ਲਓ। ਚੱਲ ਪ੍ਰਵੀਨ ਆ ਜਾ, ਐਵੇਂ ਰਹੂੰਗੀਆਂ ਨਾ ਆਪੇ ਨਿਕਲ ਜਾਊਂਗੀਆਂ। ਗੱਲ ਸੁਣ ਲਾ ਮੇਰੀ ਮਾਸੀ, ਮੈਂ ਇਹਨਾਂ ਨੂੰ ਤਾਂ ਇੱਥੋਂ ਲੈ ਜਾਣਾ, ਪਰ ਤੁਸੀਂ ਉਹਨਾਂ ਨੂੰ ਲੈ ਕੇ ਆਇਓ ਹੁਣ ਜਿਨ੍ਹਾਂ ਦੇ ਝੰਡੇ ਝੂਲਦੇ ਨੇ ਇੱਜ਼ਤ ਦੇ। ਹਾਂ ਹਾਂ ਲੈ ਆਓ ਕੋਈ ਨਾ। ਪੁੱਤ ਤੂੰ ਚੁੱਪ ਕਰ ਜਾ, ਮੈਂ ਤੈਥੋਂ ਹੱਥ ਬੰਨ ਕੇ ਮਾਫ਼ੀ ਮੰਗਦਾ। ਨਾ ਉਹ ਤਾਂ ਚੁੱਪ ਨਾ ਹੋਈਆਂ ਜਿਹੜੀਆਂ ਚੱਪਰ ਚੱਪਰ ਬੋਲਦੀਆਂ ਤੀ, ਹੁਣ ਇਹਦੇ ਮੂਹਰੇ ਹੱਥ ਬੰਨਣ ਲੱਗਿਆ ਪਿਆ। ਉਹ ਗੱਲ ਸੁਣ ਲਾ ਮੇਰੀ, ਆ ਜਿਹੜਾ ਤੂੰ ਚਬਰ ਚਬਰ ਬੋਲਣ ਲੱਗ ਰਹੀ ਹੈ ਨਾ, ਆ ਤੇਰੇ ਕਰਕੇ ਨਾ ਘਰ ਟੁੱਟਣ ਤੇ ਆ ਰਿਹਾ। ਤੂੰ ਨਹੀਂ ਕਿਸੇ ਕੰਮ ਦਾ, ਜੇ ਤੂੰ ਕਿਸੇ ਕੰਮ ਦਾ ਹੁੰਦਾ ਨਾ ਫਿਰ ਗੱਲਾਂ ਕਰਦੀਆਂ ਤੀ, ਇਹ ਤਾਂ ਮਾੜਾ ਮੋਟਾ ਮੇਰਾ ਘਰ ਚ ਦਬਕਾ ਤਾਂ ਚੱਲੀ ਜਾਂਦਾ, ਨਹੀਂ ਤਾਂ ਤੇਰੇ ਵੀ ਸਿਰ ਚ ਗਲੀਆਂ ਕਰਦੀਆਂ। ਉਹ ਕੋਈ ਨਾ ਮਾਸੀ, ਮੈਂ ਡਿੱਗੀਆਂ ਨਹੀਂ ਹੋਈਆਂ,
ਮੈਂ ਲੈ ਜਾਣਾ ਜੇ ਇੰਨੀਆਂ ਮਾੜੀਆਂ ਲੱਗਦੀਆਂ ਨੇ ਤੁਹਾਨੂੰ। ਉਹ ਫਿਰ ਬੈਠਾ ਕੀ ਕਰਦਾ, ਲੈ ਜਾ ਉਹਨਾਂ ਨੂੰ। ਗੱਲ ਸੁਣ ਲਾ ਓਏ, ਸਾਡੀ ਵੀ ਕੋਈ ਇੱਜ਼ਤ ਆ। ਉਹ ਚੁੱਪ ਕਰ ਓਏ, ਆ ਉਂਗਲ ਜੀ ਨਾਲ ਨੀਵੀਂ ਰੱਖ, ਰਿਸ਼ਤੇਦਾਰਾਂ ਨਾ ਤਾਂ ਹੀ ਲਿਹਾ ਕਰ ਰਿਹਾ ਮੈਂ। ਉਹ ਗੁਰੀ ਪੁੱਤ, ਗੱਲ ਨੂੰ ਵਿਗਾੜੋ ਨਾ, ਗੱਲ ਠੰਡੇ ਮਤੇ ਨਾਲ ਵੀ ਹੋ ਜਾਂਦੀ ਹੈ। ਕੋਈ ਨਾ, ਮੈਂ ਕਰਦਾ ਤੁਹਾਡਾ ਹੱਲ। ਉਹਨੇ ਮੇਰੀ ਭੈਣ ਕੁੱਟੀ ਆ ਨਾ, ਮੈਂ ਕੱਢੂ ਤੁਹਾਡੇ ਬਟ। ਇਹਨਾਂ ਨੂੰ ਕੀ ਕਹਿਣਾ, ਮੈਨੂੰ ਕਹਿ ਮੈਂ ਕੁੱਟੀ ਆ, ਕਰ ਲੈ ਜਿਹੜਾ ਕੁਛ ਤੈਥੋਂ ਹੁੰਦਾ, ਨਾਲੇ ਲੈ ਜਾ ਉਹਨਾਂ ਨੂੰ। ਹਾਂ ਹਾਂ ਲੈ ਜੂੰਗਾ ਮੈਂ। ਓਏ ਪੁੱਤ, ਮੈਂ ਤੇਰੇ ਮੂਹਰੇ ਹੱਥ ਬੰਨਦਾ, ਤੂੰ ਉਹਨਾਂ ਨੂੰ ਲੈ ਕੇ ਨਾ ਜਾਈ। ਕੋਈ ਨਾ ਮਾਸੜ ਜੀ, ਤੁਸੀਂ ਹੱਥ ਨਾ ਜੋੜੋ, ਮੈਂ ਕਰਦਾ ਆਪਦੀਆਂ ਭੈਣਾਂ ਨਾਲ ਗੱਲ। ਓ ਤੂੰ ਨਾ ਇਸ ਘਰ ਨੂੰ ਪੱਟ ਕੇ ਛੱਡੇਂਗੀ, ਜਮਾ ਜਾ ਰਹੇਗੀ ਤੂੰ, ਹਟਦੀ ਨੀ। ਚੁੱਪ ਹੋ ਜਾ ਪ੍ਰਵੀਨ, ਜਿਹਦੀ ਜਿਹੋ ਜਿਹੀ ਸੋਚ ਹੁੰਦੀ ਹੈ ਨਾ ਤਾਂ ਅਗਲਾ ਵਰਤ ਲੈਂਦਾ ਹੈ। ਦੀਦੀ, ਮੰਮੀ ਤਾਂ ਜਿਹੋ ਜਿਹੀ ਹੈਗੀ ਸੀ ਹੈਗੀ ਸੀ, ਪਰ ਗੁਰੀ ਨੂੰ ਦੇਖਿਆ ਤੁਸੀਂ ਨੇ, ਉਹ ਵੀ ਮੇਰੇ ਤੇ ਬੁੱਢੇ ਸਿੱਧੇ ਇਲਜ਼ਾਮ ਲਾਉਣ ਲੱਗ ਰਿਹਾ ਹੈਗਾ। ਤੁਹਾਡੇ ਸਾਹਮਣੇ ਸੀ ਨਾ ਸਾਰਾ ਕੁਝ, ਕਿਵੇਂ ਬਰਦਾਸ਼ਤ ਕਰ ਲਵਾਂ ਮੈਂ ਸਭ। ਮੈਨੂੰ ਪਤਾ ਪ੍ਰਵੀਨ, ਪਰ ਤੈਨੂੰ ਇਹ ਨਹੀਂ ਪਤਾ ਵੀ ਇਹ ਆਪਦੀ ਮਾਂ ਦੇ ਗੁਲਾਮ ਆ। ਜੇ ਮਾਂ ਦਿਨ ਨੂੰ ਰਾਤ ਕਹੂਗੀ ਨਾ ਤਾਂ ਇਹ ਵੀ ਰਾਤ ਹੀ ਕਹਿਣਗੇ। ਫਿਰ ਕਹੀ ਜਾਣ ਦੇ, ਤੁਸੀਂ ਚੱਲੋ ਮੇਰੇ ਨਾਲ, ਆਪਾਂ ਨਾ ਪੁਲਿਸ 'ਚ ਰਿਪੋਰਟ ਕਰਾਂਗੇ, ਨਾਲੇ ਜਦੋਂ ਪੁਲਿਸ ਆਈ ਨਾ ਉਰੇ, ਇਹਨਾਂ ਨੂੰ ਫਿਰ ਪਤਾ ਲੱਗੂਗਾ। ਨਾ ਨਾ ਵੀਰੇ, ਤੁਸੀਂ ਗੱਲ ਨੂੰ ਠੰਡੇ ਮਤੇ ਨਾਲ ਵੀ ਤਾਂ ਕਰ ਸਕਦੇ ਹੋ ਨਾ, ਇਹ ਤਾਂ ਜਿਹੇ ਜੇ ਹੈਗੇ ਆ ਹੈਗੇ ਆ। ਫਿਰ ਆਪਾਂ ਨੂੰ ਤਾਂ ਆਪਣੇ ਮਾਂ ਬਾਪ ਨੇ ਵਧੀਆ ਸੰਸਕਾਰ ਦਿੱਤੇ ਹੋਏ ਨਾ, ਨਾਲੇ ਮਾੜਾ ਮੋਟਾ ਤਾਂ ਘਰ 'ਚ ਰੌਲਾ ਪੈਂਦੀ ਰਹਿੰਦਾ, ਐ ਥੋੜੀ ਜਿਹੀ ਗੱਲ ਤੇ ਥੋੜੀ ਆਪਾਂ ਥਾਣੇ ਜਾਣਾ। ਅੱਛਾ, ਇਹ ਸਾਡੇ ਤੇ ਝੂਠੇ ਇਲਜ਼ਾਮ ਲਾਈ ਜਾਣ, ਅਸੀਂ ਕੁਝ ਬੋਲੀਏ ਨਾ, ਸਾਡੀ ਕੀ ਜੀਵ ਬੜੀ ਹੋਈ ਆ। ਕੋਈ ਨਾ ਵੀਰੇ, ਤੁਸੀਂ ਸ਼ਾਂਤ ਹੋ ਜਾਓ। ਤੁਹਾਨੂੰ ਪਤਾ ਆਪਣੇ ਦਾਦਾ ਜੀ ਕੀ ਕਿਹਾ ਕਰਦੇ ਸੀ, ਵੀ ਸੋਨੇ ਨੂੰ ਚਾਹੇ ਸ਼ਾਹੀ 'ਚ ਕਿੰਨਾ ਮਰਜ਼ੀ ਡੁਬੋ ਦਿਓ ਤਾਂ ਉਹ ਸੋਨਾ ਹੀ ਰਹਿੰਦਾ। ਫਿਰ ਆਪਾਂ ਕਿਉਂ ਭੜਕੀਏ, ਇਹ ਤਾਂ ਜਿਹੜੀ ਆਪਦੀ ਭਕਾਈ ਮਾਰੀ ਜਾਂਦੇ ਨੇ ਮਾਰੀ ਜਾਂਦੇ, ਇਹਨਾਂ ਦੀ ਸੋਚ ਹੀ ਗੰਦੀ ਹੁੰਦੀ ਹੈ ਨਾ। ਅੱਛਾ ਦੀਦੀ, ਫਿਰ ਦਾਦਾ ਜੀ ਨੇ ਤਾਂ ਇਹ ਵੀ ਕਿਹਾ ਸੀ ਕਿ ਜ਼ੁਲਮ ਕਰਨਾ ਪਾਪ ਆ ਤੇ ਜ਼ੁਲਮ ਸਹਿਣਾ ਉਦੋਂ ਵੀ ਵੱਡਾ ਪਾਪ ਆ। ਪ੍ਰਵੀਨ, ਤੂੰ ਤਾਂ ਕਮਲੀ ਹੋ ਰਹੀ ਆ, ਆਪਣੇ ਪੇਕੇ ਘਰ ਆਪਣੇ ਮਾਂ ਨੀ ਮਾਰਦੀ ਸੀ, ਜੇ ਇਹਨਾਂ ਨੇ ਮਾਰ ਲਿਆ ਫਿਰ ਕਿੱਡੀ ਕੁ ਗੱਲ ਹੋ ਗਈ, ਐਵੇਂ ਨਾ ਗੁੱਸਾ ਕਰਿਆ ਕਰ। ਮਾਰ ਦੇ, ਬੇਸ਼ੱਕ ਮੈਨੂੰ ਜਾਨੋਂ ਮਾਰ ਦੇ, ਮੈਂ ਉਹ ਨੀ ਕਹਿੰਦੀ ਦੀਦੀ, ਪਰ ਮੇਰੇ ਤੇ ਝੂਠੇ ਨਾਲ ਇਲਜ਼ਾਮ ਲਾਉਣ ਬਸ ਬਹੁਤ ਹੋ ਗਿਆ, ਹੁਣ ਹੋਰ ਨੀ ਇਹ ਸਭ ਮੈਂ ਸਹਿਣ ਕਰ ਸਕਦੀ, ਮੈਂ ਨੀ ਰਹਿਣਾ ਇੱਥੇ। ਸੁਣ ਭੈਣੇ, ਇਹ ਬੇਸ਼ਰਮ ਨੇ ਤੇ ਬੇਸ਼ਰਮ ਹੋ ਕੇ ਰਹਿਣਾ ਪਊਗਾ ਆਪਾਂ ਨੂੰ, ਦੱਬ ਕੇ ਨੀ ਰਹਿਣਾ, ਤੁਸੀਂ ਥਾਣੇ ਚੱਲੋ ਮੇਰੇ ਨਾਲ। ਵੀਰੇ, ਤੇਰਾ ਦਿਮਾਗ ਖਰਾਬ ਹੈ, ਇੱਜ਼ਤ ਕਿਹਦੇ ਘਰ ਦੀ ਜਾਊਗੀ, ਉੱਥੇ ਆਪਣੀ ਤੇ ਇੱਥੇ ਇਹਨਾਂ ਦੀ। ਨਾ ਆਪਣੀ ਕਿਉਂ ਜਾਊਗੀ, ਆਪਣਾ ਕੀ ਕਸੂਰ ਆ, ਪਿੰਡ ਵਾਲੇ ਤਾਂ ਇਹਨਾਂ ਤੇ ਥੁੱਕਣਗੇ ਵੀ ਤੁਸੀਂ ਝੂਠਾ ਇਲਜ਼ਾਮ ਲਾ ਕੇ ਘਰੋਂ ਕੱਢਤੇ। ਵੀਰੇ, ਅੱਜ ਤਾਂ ਤੂੰ ਸਾਨੂੰ ਚੌੜਾ ਹੋ ਕੇ ਇੱਥੋਂ ਲੈ ਜਾਏਗਾ, ਜਦੋਂ ਇੱਕ ਦੋ ਮਹੀਨੇ ਬੀਤਣਗੇ ਨਾ ਫਿਰ ਤੇਰੀ ਛਾਤੀ ਤੇ ਬੈਠ ਜਾਂਗੀਆਂ, ਆ ਤੇਰੀਆਂ ਦੁਸ਼ਮਣ ਬਣ ਜਾਂਗੀਆਂ ਅਸੀਂ। ਨਾ ਭੈਣੇ, ਕਿਹੋ ਜਿਹੀਆਂ ਗੱਲਾਂ ਕਰਦੇ ਹੋ, 20 ਸਾਲ ਦੀਆਂ ਤਾਂ ਮੇਰੇ ਲਵੇ ਬੈਠੀਆਂ ਸੀ, ਉਦੋਂ ਦੀਆਂ ਤਾਂ ਮੇਰੀਆਂ ਦੁਸ਼ਮਣ ਹੋਈਆਂ ਨਹੀਂ, ਹੁਣ ਤੁਸੀਂ ਦੁਸ਼ਮਣ ਹੋ ਜਾਊਂਗੀਆਂ। ਵੀਰੇ, 20 ਸਾਲ ਤੱਕ ਤਾਂ ਤੂੰ ਸਾਨੂੰ ਓਟ ਲਿਆ ਸੀ, ਪਰ ਵਿਆਹ ਤੋਂ ਬਾਅਦ ਨਾ ਕੁੜੀਆਂ ਉਹ ਪੱਥਰ ਹੋ ਜਾਂਦੀਆਂ ਨੇ, ਨਾ ਧਰਿਆ ਜਾਵੇ ਤੇ ਨਾ ਚੱਕਿਆ ਜਾਵੇ। ਉਹ ਕੁੜੀਓ, ਅਸੀਂ ਤਾਂ ਇਹ ਸੋਚ ਲਾਂਗੇ ਵੀ ਤੁਸੀਂ ਕੁਵਾਰੀ ਹੋ, ਹਜੇ ਵਿਆਹੀਆਂ ਨਹੀਂ, ਬਸ ਤੁਸੀਂ ਚੱਲੋ ਮੇਰੇ ਨਾਲ। ਆਹੋ, ਤੁਸੀਂ ਤਾਂ ਅੱਡ ਹੋ ਨਾ ਵੀਰੇ ਦੁਨੀਆਂ ਤੋਂ, ਉਹ ਦੇਖ ਲਾ ਆਪਣੇ ਪਿੰਡ ਵਾਲੇ ਮੱਗਰ ਕੇ ਚੌੜੇ ਹੋ ਕੇ ਨਾ ਆਪਦੀ ਕੁੜੀ ਨੂੰ ਲੈ ਕੇ ਆਏ ਸੀ, 4 ਸਾਲ ਹੋ ਗਏ ਕੁੜੀ ਦਾ ਕੇਸ ਚੱਲਦੇ ਨੂੰ, ਹਜੇ ਤੱਕ ਕੋਈ ਸਮਝੌਤਾ ਨਹੀਂ ਹੋਇਆ,
ਅਗਲਿਆਂ ਨੇ ਪਾਸਾ ਵੱਟ ਲਿਆ। ਉਹ ਕੁੜੀ ਵਿਚਾਰੀ ਹੁਣ ਧੱਕੇ ਖਾਂਦੀ ਫਿਰਦੀ ਆ, ਕਦੇ ਕਿਤੇ ਜਾ ਕਦੇ ਕਿਤੇ ਜਾ। ਕੋਈ ਨੀ ਕਿਸੇ ਦਾ ਹੁੰਦਾ ਵੀਰੇ। ਨਾਲੇ ਗੱਲ ਸੁਣ ਪ੍ਰਵੀਨ, ਮੈਂ ਤਾਂ ਇੱਥੋਂ ਵੱਡੀ ਆ, ਤੂੰ ਕਿਤੇ ਨੀ ਜਾਣਾ, ਘਰੋਂ ਪੈਰ ਨੀ ਪੱਟਣਾ ਹੈਗਾ। ਤੇ ਵੀਰੇ ਤੁਸੀਂ ਨਾ ਜਦੋਂ ਜੀ ਕਰੇ ਤੁਹਾਡਾ ਸਾਨੂੰ ਆ ਕੇ ਮਿਲ ਜਾਓ, ਪਰ ਅਸੀਂ ਕਿਤੇ ਨੀ ਜਾਣਾ। ਨਾ ਭੈਣੇ, ਇਹ ਤਾਂ ਤੁਹਾਡੇ ਮੂੰਹ ਤੇ ਕਾਲਕ ਥੱਪ ਰਹੇ ਨੇ, ਤੇ ਤੁਸੀਂ ਕੋਈ ਨਾ, 100 ਗੱਲਾਂ ਦੀ ਇੱਕ ਗੱਲ, ਜਿਹੋ ਜੀ ਅਗਲਾ ਸੋਚ ਲੈਂਦਾ ਉਹੋ ਜੀ ਵਰਤ ਲੈਂਦਾ। ਸੋਚ ਤਾਂ ਇਹਨਾਂ ਦੀ ਇੱਕ ਮਿੰਟ 'ਚ ਠੀਕ ਹੋ ਜੂ। ਚੱਲ ਛੱਡ ਵੀਰੇ ਇਹਨਾਂ ਸਭ ਗੱਲਾਂ ਨੂੰ, ਵੈਸੇ ਵੀ ਨਾ ਸਾਫ਼ ਤਾਂ ਦਿਖ ਰਿਹਾ ਕਿ ਇਹ ਕਰਨੀ ਵੱਸਦਾ ਹੁਣ, ਇਹ ਤਾਂ ਉਜੜਿਆ ਹੀ ਲਾ, ਪਰ ਇਹ ਕਰਨਾ ਸਾਡੀ ਗਲਤੀ ਨਾਲ ਨਹੀਂ ਜੁੜੂਗਾ, ਇਹ ਖੁਦ ਆਪ ਉਜਾੜ ਰਹੇ ਨੇ ਆਪਦਾ ਘਰ। ਪ੍ਰਵੀਨ ਆ ਮਾੜੀ ਜਿਹੀ ਗੱਲ ਤੇ ਝੋਲਾ ਚਾ ਕੇ ਥੋੜੀ ਤੁਰੀਦਾ, ਮਾੜੀ ਮੋਟੀ ਸ਼ਾਂਤ ਰਿਹਾ ਕਰ। ਇਹਦਾ ਮਤਲਬ ਇਹ ਆ ਕਿ ਤੁਸੀਂ ਮੇਰੇ ਨਾਲ ਜਾਂਦੀਆਂ ਨਹੀਂ? ਨਾ ਵੀਰੇ ਅਸੀਂ ਕਿਤੇ ਨਹੀਂ ਜਾਣਾ, ਅਸੀਂ ਇੱਥੇ ਠੀਕ ਆ। ਚੱਲ ਠੀਕ ਆ, ਪਰ ਇੱਕ ਗੱਲ ਦਾ ਧਿਆਨ ਰੱਖਿਓ, ਜੇ ਅੱਜ ਤੋਂ ਬਾਅਦ ਮੈਨੂੰ ਫੋਨ ਕਰਤਾ ਨਾ ਵੀ ਸਾਡੇ ਘਰੇ ਕਲੇਸ਼ ਹੋ ਰਿਹਾ, ਮੈਂ ਤੁਹਾਨੂੰ ਨਹੀਂ ਪੁੱਛਦਾ, ਮੈਂ ਇਹਨਾਂ ਨੂੰ ਖਤਮ ਕਰ ਦੂੰਗਾ। ਨਾ ਨਾ ਵੀਰੇ, ਇਹ ਕਿਹੋ ਜਿਹੀਆਂ ਗੱਲਾਂ ਕਰਦੇ ਤੁਸੀਂ? ਨਾਲੇ ਇਹ ਤਾਂ ਸਾਡਾ ਸੁਹਾਗ ਨੇ ਵੀਰੇ, ਸੁਹਾਗ ਉਜਾੜਿਆ ਨਹੀਂ ਕਰਦੇ, ਸਗੋਂ ਬਚਾਇਆ ਕਰਦੇ ਨੇ। ਚੱਲ ਠੀਕ ਆ ਭੈਣੇ, ਜਿਵੇਂ ਤੁਹਾਡੀ ਮਰਜ਼ੀ। ਚੱਲ ਪ੍ਰਵੀਨ ਤੂੰ ਵੀਰੇ ਵਾਸਤੇ ਨਾ ਚਾਹ ਬਣਾ ਕੇ ਲੈ ਕੇ ਆ। ਗੱਲ ਸੁਣਨੀ ਨਾ, ਜਦੋਂ ਬੇਬੇ ਬਾਪੂ ਵਿੱਚ ਬੋਲੀ ਜਾਂਦੇ ਨੇ, ਤੇਰਾ ਵਿੱਚ ਭੌਂਕਣਾ ਜ਼ਰੂਰੀ ਸੀ? ਸ਼ਰਮ ਨਹੀਂ ਆਉਂਦੀ ਤੈਨੂੰ? ਫਿਰ ਆਪਦੇ ਹੱਕ ਦੀ ਗੱਲ ਕਹਿਣ 'ਚ ਕੀ ਸ਼ਰਮ ਹੈ ਜੀ? ਉਹਦੇ 'ਚ ਹੱਕ ਕਿਹੜੇ, ਹੱਕ ਨਾ ਹੱਕ ਦੀ ਗੱਲ ਹੈ ਜਾ ਨਾ। ਇੱਕ ਪਾਸੇ ਤਾਂ ਤੁਸੀਂ ਮੇਰੀ ਭੈਣ ਤੇ ਇਲਜ਼ਾਮ ਲਾ ਰਹੇ ਹੋ, ਉਹਨੇ ਗਲਤ ਕੀ ਕੀਤਾ? ਆਪਦੀ ਥਾਂ ਤੇ ਸਹੀ ਹੈ, ਮੈਨੂੰ ਪਤਾ ਹੈ ਕੌਣ ਗਲਤ ਹੈ ਤੇ ਕੌਣ ਸਹੀ ਆ। ਨਾ ਤੈਨੂੰ ਕੀ ਪਤਾ ਵੀ ਸਹੀ ਆ ਉਹ? ਮੈਨੂੰ ਸਭ ਪਤਾ। ਕਿਉਂ? ਅੱਛਾ ਤੁਹਾਨੂੰ ਬੜਾ ਪਤਾ ਵੀ ਜੋ ਤੁਹਾਡੀ ਮਾਂ ਕਰਦੀ ਆ ਉਹੀ ਸਹੀ ਹੈ, ਅਸੀਂ ਗਲਤ ਕਰਦੀ ਆ। ਤਾਂ ਫਿਰ ਉਹ ਕਿਸ ਨਾਲ ਗੱਲ ਕਿਉਂ ਕਰਦੀ ਸੀ? ਨਾ ਉਹਨੇ ਕੀ ਗੱਲ ਕਰੀ ਹੈ, ਜਦੋਂ ਕੋਈ ਬੰਦਾ ਘਰੇ ਆਊਗਾ ਫਿਰ ਆਖਰ ਨੂੰ ਉਹਦੇ ਨਾਲ ਬੋਲਿਆ ਤਾਂ ਜਾਊਗਾ ਹੀ। ਨਾ ਕੀ ਬੋਲਿਆ ਜਾਊਗਾ? ਜਦੋਂ ਕੋਈ ਘਰੇ ਆਉਂਦਾ ਉਹਨੂੰ ਦੱਸਣਾ ਤਾਂ ਹੈਗੇ ਵੀ ਘਰੇ ਹੈਗਾ ਕਿ ਨਹੀਂ ਹੈਗਾ ਕੋਈ। ਪਹਿਲਾਂ ਤੂੰ ਹੌਲੀ ਬੋਲ, ਤੈਨੂੰ ਸੁਣ ਗਿਆ ਨਾ? ਕੀ ਕਰ ਲੋਗੇ ਫਿਰ ਤੁਸੀਂ? ਅਸੀਂ ਆਪਦੇ ਹੱਕ ਲਈ ਬੋਲਦੇ ਆ ਨਾ। ਨਾ ਕੀ ਹੱਕ, ਕਦੇ ਹੱਕ ਲਈ ਬੋਲਦੇ ਤੂੰ? ਸਾਨੂੰ ਮਾਂ ਪੁੱਤ ਨੂੰ ਨਾ ਥੱਪੜ ਮਾਰਨ ਤੋਂ ਬਿਨਾਂ ਹੋਰ ਕੁਛ ਨਹੀਂ ਆਉਂਦਾ। ਸਾਨੂੰ ਪਤਾ ਤੁਸੀਂ ਜਨਾਨੀ ਦੀ ਹੱਥ ਚੱਕਣ ਜਾਣਦੇ ਹੋ, ਇਹ ਨਮਰਦ ਦੀ ਨਿਸ਼ਾਨੀ ਹੈ ਜਨਾਨੀ ਦਾ ਹੱਥ ਚੱਕਣਾ। ਹੋਰ ਮਾਰ, ਇੱਕ ਹੋਰ ਮਾਰ ਕੇ ਉਹ ਹੱਟ ਗਏ। ਮਾਰ ਲਓ ਜੀ, ਸੜ ਕੇ ਮਾਰ ਲਓ, ਥੱਪੜ ਖਾਣੀ ਆਈਆਂ ਨਾ ਤੁਹਾਡੇ ਅਸੀਂ ਇੱਥੇ। ਚੁੱਪ ਕਰ ਜਾ, ਜੇ ਮੇਰੇ ਮੂਹਰੇ ਬੋਲੇਗੀ ਨਾ ਤਾਂ ਹੀ ਥੱਪੜੇ ਖਾਏਗੀ ਮੈਂ ਤੋਂ। ਮਾਰ ਲਓ ਮਾਰ ਲਓ, ਮਾਰਨ ਤੋਂ ਬਿਨਾਂ ਤੁਹਾਨੂੰ ਆਉਂਦਾ ਵੀ ਕੀ ਹੈ? ਉਹ ਚੁੱਪ ਕਰ ਜਾ ਤੂੰ। ਚੁੱਪ ਕਰ ਜਾ, ਨਾਲੇ ਹੋਰ ਜੇ ਤੈਨੂੰ ਕੁਛ ਕਵੇ ਤਾਂ ਤੂੰ ਥੱਪੜ ਮਾਰਨ ਆਉਣਾ, ਜੇ ਤੇਰੀ ਮਾਂ ਨੂੰ ਕਵੇ ਤਾਂ ਤੇਰੀ ਮਾਂ ਥੱਪੜ ਮਾਰ ਦਿਆ, ਹੋਰ ਕੁਛ ਆਉਂਦਾ ਵੀ ਸਾਨੂੰ? ਤੂੰ ਚੁੱਪ ਕਰ ਦੇ ਜਾਂ ਨਹੀਂ ਗਾਲ ਘੋਟ ਕੇ ਮਾਰ ਦੂੰ ਇੱਥੇ। ਆਹੋ ਮਾਰ ਦੇ ਲੈ ਘੋਟ ਦੇ, ਗਾਲ ਗਾਲ ਘੋਟ ਦੇ, ਤੇਰੀ ਰੀਝ ਪੂਰੀ ਹੋ ਜੂਗੀ। ਤਾਂ ਮਾਂ ਬਾਪ ਤਾਂ ਸਾਡੇ ਵੀ ਨੇ, ਪਰ ਇਹੋ ਜਿਹੀ ਨਹੀਂ ਜਿਹੋ ਜਿਹੇ ਤੁਸੀਂ ਇਕਲੈਣੇ। ਉਹ ਮੇਰੀ ਮਾਂ ਜੋ ਕਰਦੀ ਆ ਸਹੀ ਕਰਦੀ ਆ। ਮੈਂ ਆਪਣੀ ਜਗ੍ਹਾ ਤੇ ਸਹੀ ਆ ਤੇ ਮੇਰੀ ਭੈਣ ਵੀ। ਜੇ ਅੱਜ ਤੋਂ ਬਾਅਦ ਮੇਰੀ ਭੈਣ ਨੂੰ ਉੱਚਾ ਨੀਵਾਂ ਬੋਲੇ ਨਾ ਤਾਂ ਆਪਦਾ ਹਿਸਾਬ ਲਾ ਲਿਓ। ਮੈਨੂੰ ਕੁਛ ਬੋਲੋ ਤਾਂ ਮੈਂ ਬਰਦਾਸ਼ਤ ਕਰ ਸਕਦੀ ਆ। ਜੇ ਮੇਰੀ ਭੈਣ ਨੂੰ ਅੱਜ ਤੋਂ ਬਾਅਦ ਕੁਛ ਵੀ ਬੋਲੇ, ਉਹਦੇ ਚਰਿੱਤਰ ਤੇ ਉਂਗਲ ਉਠਾਈ ਨਾ ਤਾਂ ਮੈਥੋਂ ਬੁਰਾ ਕੋਈ ਨਹੀਂ। ਪਹਿਲਾਂ ਤਾਂ ਉਂਗਲ ਥੱਲੇ ਕਰਕੇ ਗੱਲ ਕਰ ਮੇਰੇ ਨਾਲ। ਕਿਉਂ, ਕੀ ਗੱਲ? ਮੇਰੀ ਗੱਲ ਸੁਣ ਲੈ, ਜੇ ਔਰਤ ਆਪਦੀ ਆਈ ਤੇ ਆਜੇ ਨਾ ਤਾਂ ਕੁਛ ਵੀ ਕਰ ਸਕਦੀ ਹੈ, ਸਮਝ ਗਿਆ ਨਾ? ਨਾ ਕੀ ਕਰੇਂਗੀ ਤੂੰ, ਕੀ ਕਰੇਂਗੀ? ਫਿਰ ਤੁਸੀਂ ਕੀ ਕਰ ਲੋਗੇ? ਤੂੰ ਚੁੱਪ ਕਰ ਜਾ, ਜਵਾਨ ਨੂੰ ਲਗਾਮ ਦਿਲਾਉਂਦੀ ਨੂੰ ਮੈਂ ਤਾਂ ਹੀ ਬੋਲੂੰਗੀ। ਸਾਰੇ ਮਾਂ ਬਾਪ ਬੈਠੇ,
ਅੱਛਾ ਹੁਣ ਤੁਹਾਨੂੰ ਬੜਾ ਮਾਂ ਬਾਪ ਦੀ ਸ਼ਰਮ ਆਉਣ ਲੱਗੀ ਜਦੋਂ ਮੇਰੀ ਭੈਣ ਨੂੰ ਬੋਲਦੇ ਸੀ ਮੇਰੀ ਭੈਣ ਨੂੰ ਬੇਇੱਜ਼ਤ ਕੀਤਾ ਤੁਸੀਂ ਉਹ ਯਾਦ ਨਹੀਂ ਸੋਨਾ ਨਾ ਤੈਨੂੰ ਕੀ ਲੱਗਦਾ ਉਹ ਸਹੀ ਆ ਹਾਂ ਮੇਰੀ ਭੈਣ ਸਹੀ ਹੈ ਮੇਰੀ ਭੈਣ ਸੋਨਾ ਨੇ ਸਹੀ ਹੈ ਸਮਝ ਗਏ ਨਾ ਮੇਰੀ ਗੱਲ ਉਹ ਤੈਨੂੰ ਕਿੰਨੇ ਵਾਰੀ ਕਹਿਤਾ ਹੱਥ ਥੱਲੇ ਕਰਕੇ ਗੱਲ ਕਰ ਮੇਰੇ ਨਾਲ ਇਹ ਤਾਂ ਮੈਂ ਇਹੀ ਗੱਲ ਕਰੂੰਗੀ ਤੁਸੀਂ ਇੱਕ ਕੰਮ ਕਰੋ ਸਾਨੂੰ ਦੋਨਾਂ ਭੈਣਾਂ ਨੂੰ ਨਾ ਅੱਗ ਲਾ ਕੇ ਸਾੜ ਦੋ ਜੇ ਤੁਹਾਡੇ ਕਾਲਜੇ ਠੰਡ ਪੈ ਜੂਗੀ ਜੇ ਇਹ ਵੀ ਬਸਦੀ ਨਹੀਂ ਨਾ ਫਿਰ ਬਾਹਰ ਜਾ ਕੇ ਨਾ ਬਾਹਰਲੇ ਗੇਟ ਤੇ ਵੱਡੇ ਵੱਡੇ ਅੱਖਰਾਂ 'ਚ ਇਹ ਲਿਖਵਾ ਦਿਓ ਵੀ ਸਾਡੇ ਘਰ ਬਾਹਰਲੇ ਬੰਦੇ ਦਾ ਆਉਣਾ ਮਨਾ ਹੈ ਕੋਈ ਨਾ ਜੇ ਤੁਹਾਡੀਆਂ ਆਹੀ ਹਰਕਤਾਂ ਰਹੀਆਂ ਨਾ ਤਾਂ ਤੁਹਾਡੀ ਏਰੀਜ ਵੀ ਛੇਤੀ ਪੂਰੀ ਹੋ ਜੂ ਤਾਂ ਲਗਵਾਓ ਫਿਰ ਟਾਈਮ ਕੀ ਲੋਏ ਤੁਹਾਡੀ ਤਾਂ ਉਹ ਗੱਲ ਹੈ ਛੱਜ ਵੀ ਬੋਲੇ ਤੇ ਨਾ ਛਾਨਣੀ ਵੀ ਜਿਹਦੇ 'ਚ 36 ਸ਼ੇਕ ਨੇ ਮੈਂ ਕੀ ਕਰਤਾ ਅੱਛਾ ਤੁਸੀਂ ਕੁਛ ਨਹੀਂ ਕੀਤਾ ਜਿੱਥੇ ਤੁਸੀਂ ਕਿਸੇ ਨੂੰ ਗਲਤ ਨਹੀਂ ਨਾ ਠਹਿਰਾ ਸਕਦੇ ਉੱਥੇ ਤੁਸੀਂ ਆਪ ਹੀ ਗਲਤ ਹੋਵੋਗੇ ਉਹ ਮੈਂ ਕਿੱਥੇ ਗਲਤ ਹਾਂ ਹਜੇ ਮੈਨੂੰ ਪੁੱਛਦੇ ਕਿੱਥੇ ਗਲਤ ਹੈ ਇੱਕ ਪਾਸੇ ਤਾਂ ਤੁਹਾਡਾ ਘਰ ਉਜੜਨ ਲੱਗਿਆ ਮੇਰੀ ਭੈਣ ਤੇ ਤੁਸੀਂ ਇਲਜ਼ਾਮ ਲਾਤੇ ਕੱਲ ਨੂੰ ਮੇਰੇ ਤੇ ਵੀ ਇਲਜ਼ਾਮ ਲੱਗਣਗੇ ਬਸ ਤੁਹਾਡੀ ਹੀ ਚੱਲਣੀ ਹੈ ਸਾਰੀ ਮੇਰੀ ਗੱਲ ਸੁਣ ਲਾ ਸਾਡੀ ਹੀ ਚੱਲੂ ਜਾ ਮੇਰੀ ਮਾਂ ਦੀ ਸਮਝੀ ਆਹੋ ਸਮਝ ਗਈ ਤੁਹਾਡੀ ਹੀ ਚੱਲਣੀ ਹੈ ਆ ਸਾਨੂੰ ਕਾਹਦੇ ਵਾਸਤੇ ਵਿਆਹ ਕੇ ਲਿਆ ਕੇ ਆਂਦਾ ਚੂੜੀਆਂ ਪਾ ਚੂੜੀਆਂ ਬੰਜਮ ਜਨਾਨੀਆਂ ਤੁਸੀਂ ਕਰਨ ਨੂੰ ਤਾਂ ਮੈਂ ਬਹੁਤ ਕੁਝ ਕਰ ਸਕਦੀ ਹਾਂ ਪਰ ਕੀ ਕਰਾਂ ਮਜਬੂਰ ਹਾਂ ਮੇਰੇ ਮਾਂ ਬਾਪ ਦੇ ਸੰਸਕਾਰ ਹੀ ਇਹੋ ਜਿਹੇ ਦਿੱਤੇ ਨੇ ਨਹੀਂ ਤਾਂ ਸੋਨੂੰ ਦਿਨੇ ਤਾਰੇ ਦਿਖਾ ਦਿੰਦੀ